ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਰਕਾਰਾਂ ਵੱਲੋਂ ਚੋਣਾਂ ਵੇਲੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਤਾਂ ਕੀਤੇ ਜਾਂਦੇ ਹਨ, ਪਰ ਇਹਨਾਂ ਵਾਅਦਿਆਂ ਤੇ ਸਰਕਾਰਾਂ ਕਿੰਨੀਆਂ ਕੁ ਖਰੀਆਂ ਉਤਰਦੀਆਂ ਹਨ ਇਹ ਸਭ ਨੂੰ ਪਤਾ ਹੀ ਹੈ। ਇੱਥੋਂ ਤੱਕ ਕਿ ਸਰਕਾਰਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਵੀ ਅਸਫਲ ਸਾਬਿਤ ਹੋ ਰਹੀਆਂ ਹਨ। ਜੀ ਹਾਂ, ਜੇ ਗੱਲ ਕਰੀਏ ਸਿਵਲ ਹਸਪਤਾਲ ਅਪਰਾਧੀ ਤਾਂ ਹਸਪਤਾਲ ਦੀਆਂ ਦੀਵਾਰਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਵਾਲੇ ਬੋਰਡ ਤਾਂ ਲਗਾਏ ਗਏ ਹਨ, ਪਰ ਲੋਕ ਸਹੂਲਤਾਂ ਤੋਂ ਵਾਂਝੇ ਤਰਾ ਤਰਾ ਕਰ ਰਹੇ ਹਨ। ਮੁਕੇਸ਼ ਕੁਮਾਰ ਛੋਟੂ ਵਾਸੀ ਅਪਰਾ ਨੇ ਦੱਸਿਆ ਕਿ ਉਸਦੀ 5 ਸਾਲ ਦੀ ਬੱਚੀ ਜਿਸਨੂੰ ਤੇਜ਼ ਬੁਖਾਰ ਸੀ ਦੇ ਇਲਾਜ ਵਾਸਤੇ ਉਹ ਅਪਰਾ ਦੇ ਸਿਵਲ ਹਸਪਤਾਲ ਵਿਖੇ ਸ਼ਾਮ ਵੇਲੇ ਆਇਆ, ਪਰ ਹਸਪਤਾਲ ਵਿੱਚ ਕੋਈ ਵੀ ਡਾਕਟਰ ਨਾ ਹੋਣ ਕਰਕੇ ਉਸਨੂੰ ਪ੍ਰਾਈਵੇਟ ਦਵਾਈ ਲੈਣੀ ਪਈ, ਜਦਕਿ ਮੈਡੀਕਲ ਸਟੋਰ ਵਾਲੇ ਦਵਾਈ ਦੇਣ ਵੇਲੇ ਡਾਕਟਰਾਂ ਦੀ ਪਰਚੀ ਦੀ ਮੰਗ ਕਰਦੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਿਵਲ ਹਸਪਤਾਲ ਅਪਰਾ ਵਿਖੇ 24 ਘੰਟੇ ਡਾਕਟਰਾਂ ਦੀਆਂ ਸੇਵਾਵਾਂ ਯਕੀਨੀ ਬਣਾਈਆਂ ਜਾਣ। ਇਸ ਸੰਬੰਧੀ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ। ਗੱਲ ਇਹ ਹੋਈ ਜੀ, ਬੱਚੀ ਨੂੰ ਲੈ ਕੇ ਆਇਆ ਸੀਗਾ, ਇਹਦੀ ਉਮਰ ਹੈਗੀ ਹੈ 5 ਸਾਲ ਦੀ। ਸਵੇਰੇ ਆਉਣਾ ਸੀਗਾ, ਸਵੇਰੇ ਸਕੂਲ ਚਲ ਗਏ ਸੀਗੇ, ਸਕੂਲੋਂ ਮੈਨੂੰ ਫੋਨ ਆਇਆ ਬੇਟੀ ਬਿਮਾਰ ਆ ਮੇਰੀ। ਸ਼ਾਮ ਨੂੰ ਵੀ ਚਲ ਗਏ ਟਿਊਸ਼ਨ 'ਤੇ, ਜਦੋਂ ਬੁਖਾਰ ਥੋੜ੍ਹਾ ਘੱਟ ਸੀਗਾ। ਹੁਣ ਮੈਂ 7 ਵਜੇ ਲੈ ਕੇ ਆਇਆ ਸਰਕਾਰੀ ਹੋਸਪਿਟਲ ਵਿੱਚ। ਹੁਣ ਮੈਨੂੰ ਅੰਦਰੋਂ ਪਤਾ ਲੱਗਿਆ ਵੀ ਡਾਕਟਰ ਸਾਹਿਬ ਕੋਈ ਇੱਥੇ ਨਹੀਂ, 3 ਵਜੇ ਤੋਂ ਬਾਅਦ ਕੋਈ ਡਿਊਟੀ ਨਹੀਂ ਹੁੰਦੀ ਜੀ। ਰਾਤ ਨੂੰ ਕੋਈ ਨਹੀਂ ਹੁੰਦਾ ਜੀ? ਨਹੀਂ ਜੀ। ਅਤੇ ਦੇਖ ਲਓ ਕੁੜੀ ਦੀ ਹਾਲਤ, ਤੁਸੀਂ ਇਹਦੀਆਂ ਅੱਖਾਂ ਦੇਖ ਸਕਦੇ ਹੋ, 102 ਬੁਖਾਰ ਚੜ੍ਹਿਆ ਜੀ। ਮੈਂ ਹੁਣ ਟੈਸਟ ਕਰਾ ਕੇ ਲਿਆਇਆ ਮਾਰੋ। ਕੀ ਮੰਗ ਕਰਦੇ ਸੀ? ਮੰਗ ਇਹੀ ਕਰਦੇ ਵੀ 24 ਘੰਟੇ ਡਾਕਟਰ ਹੋਣੇ ਚਾਹੀਦਾ ਰਾਤ ਦੀ ਡਿਊਟੀ ਨੂੰ, ਤਾਂ ਗਰੀਬ ਬੰਦਾ ਕਿੱਥੇ ਜਾਊਂਗਾ ਦੱਸੋ ਜੀ। ਹੁਣ ਬਾਹਰੋਂ ਲੈ ਕੇ ਆਇਆ, 200 ਦੀ ਦਵਾਈ ਆਈ ਹੈ ਜੀ, ਬਾਹਰੋਂ ਵੀ ਦਵਾਈ ਨਹੀਂ ਦਿੰਦਾ। ਇੱਦਾਂ ਕਹਿੰਦਾ ਪਰਚੀ ਲੈ ਕੇ ਆਓ, ਸਰਕਾਰੀ ਜਾ ਕੇ ਆਓ। ਸਰਕਾਰੀ ਇੱਥੇ ਕੋਈ ਹੈ ਨਹੀਂ ਡਾਕਟਰ ਜੀ। ਮੈਡੀਕਲ ਸਟੋਰ ਵਾਲੇ ਕਹਿੰਦੇ ਵੀ ਪਰਚੀ ਲੈ ਕੇ ਆਓ ਹਸਪਤਾਲ ਦੀ। ਹਾਂਜੀ ਹਾਂਜੀ, ਪਰਚੀ ਲੈ ਕੇ ਆਓ। ਪ੍ਰਾਈਵੇਟ ਗਰੀਬ ਬੰਦਾ ਕਿੱਥੇ ਜਾਊਂਗਾ, ਗਰੀਬ ਬੰਦੇ ਦਾ ਸਰਕਾਰੀ ਨੂੰ ਨੱਠਣਾ ਜੀ। ਉਹ ਦੇਖੋ ਤੁਸੀਂ ਹਾਲਤ ਦੇਖ ਸਕਦੇ ਕੁੜੀ ਦੀ, ਇਸ ਵੇਲੇ 102 ਬੁਖਾਰ ਇਹਨੂੰ ਚੜ੍ਹਿਆ ਹੋਇਆ। ਇਸ ਵੇਲੇ ਆਏ ਸੀ ਜੀ, ਬੱਚੀ ਬਿਮਾਰ ਆ, 5 ਸਾਲ ਦੀ ਬੱਚੀ ਆ। ਠੀਕ ਹੈ ਜੀ, ਅਸੀਂ ਆ ਕੇ ਦੇਖਦੇ ਡਾਕਟਰ ਨਹੀਂ ਆ। ਇਹ ਕਹਿੰਦੇ ਡਾਕਟਰ ਨਾਈਟ ਦੀ ਡਿਊਟੀ ਦਾ, ਡਾਕਟਰ ਨਹੀਂ ਆਇਆ ਇੱਥੇ। ਕਿੱਥੇ, ਕਿਹੜੇ ਹਸਪਤਾਲ ਆ ਜੀ? ਸਿਵਲ ਹੋਸਪਿਟਲ ਡਿਵੈਂਸਰੀ ਅਪਰਾ। ਇੱਥੇ ਦੀ ਇੰਨੀ ਮਾੜੀ ਹਾਲਾਤ ਵਾ ਕਿ ਡਾਕਟਰ ਨਾ ਹੋਣ ਕਰਕੇ ਅਤੇ ਛੋਟੇ ਛੋਟੇ ਬੱਚੇ ਬਿਮਾਰ ਵਾ, ਪਰੇਸ਼ਾਨ ਹੋ ਰਹੇ ਆ ਬਹੁਤ। ਠੀਕ ਹੈ ਜੀ, ਅਸੀਂ ਤਾਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਡਾਕਟਰ 24 ਘੰਟੇ ਹੋਣਾ ਚਾਹੀਦਾ, ਕਿ ਸਵੇਰ ਨੂੰ 9 ਵਜੇ ਆ ਕੇ ਅਤੇ 2 ਵਜੇ ਘਰ ਚਲੇ ਜਾਣਾ ਚਾਹੀਦਾ। ਜਿਹੜਾ ਰਾਤ ਨੂੰ ਮਰੀਜ਼ ਆ ਉਹ ਕੀ ਕਰਨਗੇ? ਠੀਕ ਹੈ ਜੀ, ਸਾਡੀ ਤਾਂ ਇਹੀ ਮੰਗ ਆ ਕਿ 24 ਘੰਟੇ ਡਾਕਟਰ ਚਾਹੀਦਾ ਆ, ਹਮੇਸ਼ਾ ਡਾਕਟਰ 24 ਘੰਟੇ ਹੋਵੇ ਅਤੇ ਜੋ ਮਰੀਜ਼ ਆਉਂਦਾ ਉਹਨੂੰ ਕੋਈ ਸਮੱਸਿਆ ਨਾ ਹੋਵੇ। ਠੀਕ ਹੈ ਜੀ, ਅਗਰ ਨਹੀਂ ਇਹ ਹੁੰਦਾ 24 ਘੰਟੇ ਵਾਲਾ, ਅਸੀਂ ਅੱਗੇ ਕੋਈ ਵੱਡੇ ਪੱਤਰ 'ਤੇ ਕੋਈ ਨਾ ਕੋਈ ਅਸੀਂ ਚੱਕਾਂਗੇ। ਅਸੀਂ SMO ਨੂੰ ਵੀ ਮਿਲਾਂਗੇ, ਉਹਨਾਂ ਦੇ ਵੀ ਧਿਆਨ 'ਚ ਲਿਆਵਾਂਗੇ, ਫਿਰ ਚੰਡੀਗੜ੍ਹ ਵੀ ਕੰਪਲੇਂਟ ਪਾਵਾਂਗੇ। ਠੀਕ ਹੈ ਜੀ, ਸਾਡੀ ਤਾਂ ਇਹੀ ਮੰਗ ਵਾ ਕਿ 24 ਘੰਟੇ ਡਾਕਟਰ ਇੱਥੇ ਹਾਜ਼ਰ ਚਾਹੀਦਾ ਹੈ। ਬਹੁਤ ਵਾਰ ਦੇਖਿਆ ਇਹਨਾਂ ਕੋਲ ਦਵਾਈਆਂ ਨਹੀਂ ਹੁੰਦੀਆਂ। 15 ਦਿਨ ਮੈਂ ਘੁੰਮਦਾ ਰਿਹਾ ਜੀ, ਹਾਂ ਦਵਾਈ ਆਈ ਆ ਜੀ, ਨਹੀਂ ਆਈ ਜੀ, ਦਵਾਈ ਆਈ ਆ, ਨਹੀਂ ਆਈ ਜੀ। ਇਹਦਾ ਕੀ ਮਤਲਬ? ਸਰਕਾਰੀ ਦਾ ਤਾਂ ਮਤਲਬ ਇਹੀ ਆ ਕਿ ਹਰ ਪਰ ਲੈ ਕੇ ਲਿਆ, ਦਵਾਈ ਫਰੀ, ਦਵਾਈ ਫਰੀ। ਮੈਂ ਆਇਆ ਸ਼ਾਮੀ, ਕਹਿੰਦੇ ਜੀ ਗਲੂਕੋਸ਼ ਤਾਂ ਜੀ ਕੋਲੋਂ ਲਾਉਂਦੇ ਆ, ਅੰਦਰ ਗਲੂਕੋਸ਼ ਹੈ ਨਹੀਂ, ਬਾਹਰੋਂ ਅਗਲਾ 100-200 ਦੀ ਗਲੂਕੋਸ਼ ਦੀ ਬੋਤਲ ਲਿਆਉਂਦਾ ਆ। ਇਹ ਕੋਈ ਵਧੀਆ ਨਹੀਂ ਹੈਗਾ। ਅਪਰੇ ਦੀ ਡਿਵੈਂਸਰੀ ਦਾ ਬਹੁਤ ਹੀ ਮੰਦਾ ਹਾਲ ਵਾ ਕਿ ਇਹਨਾਂ 'ਤੇ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਹਾਂ, ਖਾਸ ਕਰਕੇ ਜਿਹੜੇ ਸਾਡੇ ਨੇਤਾ ਆ ਉਹਨਾਂ ਨੂੰ ਵੀ ਕਹਿੰਦੇ ਹਾਂ ਕਿ ਅਪਰੇ 'ਚ ਧਿਆਨ ਦਿਓ, ਡਿਵੈਂਸਰੀ ਦੇ ਵਿੱਚ ਬਹੁਤ ਮੰਦਾ ਹਾਲ ਵਾ। ਅਪਰਾ ਤੋਂ ਨਿਰਮਲ ਗੁੜਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।